आम आदमी पार्टी की सरकार बन तो जिहड़ा पहला साडा झंडा है कि नजायज कब्जे जिहड़े आ छडाउणे आ। अजे हड़ताल ना हुंदी पटवारियां दी जिहड़े पिछले दो तीन दिन तो होई आ तां मेरे ख्याल इहदे च कब्जे जिहड़े हुण तक छुट जाणे सी। पंजाब सरकार दे वल्लों मुख्यमंत्री पंजाब भगवंत सिंह मान दे हुक्मां तों बाद लगातार किसानां नूं पिछले लंबे समें तों पंचायती जमीनां दे कीते गए नजायज कब्जे छड्डण दी अपील कीती जा रही है। पंजाब सरकार दे पंचायती मंत्री कुलदीप सिंह धालीवाल दे वल्लों खुद पंजाब दे वख-वख पिंडां दे विच जा के किसानां तों पंचायती जमीनां ते कीते गए कब्जे छुडवाए जा रहे ने। हुण हलका डेरा बाबा नानक तों आम आदमी पार्टी दे हलका इंचार्ज गुरदीप सिंह रंधावा ने दस्सिया कि पिछले लंबे समय तो कई लोगों के वलों जंगलात महकमे की जमीन पर कब्जे किए गए हैं। उन्होंने कहा कि जंगलात महकमे की करीब 300 एकड़ जमीन तो कब्जे छुड़वाने के लिए हुक्म जारी हो चुके हैं जिन्होंने बहुत ही जल्द लागू करवा के जमीनों कब्जा मुक्त करवाया जाएगा। इस दे नाल उन्होंने पंजाब के किसानों अपील की कि वह खुद सरकारी जमीन पर किए गए कब्जे छड़ के पंजाब सरकार का साथ देन। जिहड़े नजायज़ कब्जे पिछली सरकारां दे दौरान सरकारी शहर दे उत्ते जिहड़े सरकार दे बंदे सीगे उह पुराने उन्हां पंजाब च बहुत वड्डे पद्धर ते जिहड़े कब्जे कीते आ नजायज़ उहदे च फॉरेस्ट डिपार्टमेंट भी आउंदा है उहदे च पंचायत दीआं जमीनां भी आउंदीआं ने। तां आम आदमी पार्टी दी सरकार बण तों जिहड़ा पहला साडा झंडा है कि नजायज़ कब्जे जिहड़े आ उह छडाउणे आ उहदी शुरुआत जिहड़ी आ ਜਿਵੇਂ ਸਾਡੇ ਰੂਰਲ ਡਿਵੈਲਪਮੈਂਟ ਦੇ ਮੰਤਰੀ ਆ ਧਾਰੀਵਾਲ ਸਾਹਿਬ ਉਹਨਾਂ ਨੇ ਬਹੁਤ ਵੱਡੀ ਪੱਧਰ 'ਤੇ ਨਜਾਇਜ਼ ਕਬਜ਼ੇ ਛਡਵਾਏ ਨੇ ਸਾਰੇ ਹਲਕਿਆਂ 'ਚ ਜਿੰਨੇ ਵੀ ਹਲਕਾ ਇੰਚਾਰਜ ਨੇ ਜਾਂ ਐੱਮ ਐੱਲ ਏ ਸਾਹਿਬਾਨ ਨੇ ਉਹ ਆਪਣੇ ਹਲਕਿਆਂ 'ਚ ਜਿਹੜਾ ਵਾ ਉਹ ਜਾ ਕੇ ਤਾਂ ਨਜਾਇਜ਼ ਕਬਜ਼ੇ ਦੀ ਮੁਹਿੰਮ ਜਿਹੜੀ ਆ ਉਹ ਅੱਗੇ ਲੈ ਕੇ ਜਾ ਰਹੇ ਨੇ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ 'ਚ ਬਹੁਤ ਵੱਡੇ ਪੱਧਰ 'ਤੇ ਜਿਹੜੀ ਫੋਰਸਟ ਡਿਪਾਰਟਮੈਂਟ ਦੀ ਮੇਰੇ ਖਿਆਲ 400-500 ਏਕੜ ਜ਼ਮੀਨ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਜਿਹੜੇ ਬਣੇ ਸੀਗੇ ਇੱਥੋਂ ਦੇ ਆਗੂ ਉਹਨਾਂ ਦੇ ਜਿਹੜੇ ਥੱਲੇ ਵੋਟਰ ਸਪੋਰਟਰ ਨੇ ਉਹਨਾਂ ਨੇ ਬੜੇ ਵੱਡੇ ਪੱਧਰ 'ਤੇ ਕਬਜ਼ਾ ਕੀਤਾ ਹੈ। 300 ਕਿੱਲੇ ਦੇ ਲਗਭਗ ਜਿਹੜੀ ਜ਼ਮੀਨ ਆ ਉਹਦੇ ਆਰਡਰ ਹੋ ਗਏ ਨੇ ਫੋਰੈਸਟ ਡਿਪਾਰਟਮੈਂਟ ਦੀ ਡੀ ਸੀ ਸਾਹਿਬ ਨੇ ਪੁਲਿਸ ਪ੍ਰੋਟੈਕਸ਼ਨ ਵੀ ਜਿਹੜੀ ਆ ਮਹਿਕਮੇ ਨੂੰ ਦੇ ਦਿੱਤੀ ਹੈ। ਅਜੇ ਹੜਤਾਲ ਨਾ ਹੁੰਦੀ ਪਟਵਾਰੀਆਂ ਦੀ ਜਿਹੜੇ ਪਿਛਲੇ ਦੋ ਤਿੰਨ ਦਿਨ ਤੋਂ ਹੋਈ ਆ ਤਾਂ ਮੇਰੇ ਖਿਆਲ ਇਹਦੇ 'ਚ ਕਬਜ਼ੇ ਜਿਹੜੇ ਹੁਣ ਤੱਕ ਛੁੱਟ ਜਾਣੇ ਸੀਗੇ। ਇਹ ਜੇ ਮੇਰੇ ਖਿਆਲ ਕੱਲ੍ਹ ਜਾਂ ਪਰਸੋਂ ਇੱਕ ਦੋ ਦਿਨਾਂ 'ਚ ਜਿਹੜੇ ਉਹ ਨਜਾਇਜ਼ ਕਬਜ਼ੇ ਦਾ ਛੁੱਟ ਜਾਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜੇ ਕਬਜ਼ੇ ਕਰਵਾਏ ਨੇ ਇਹ ਪਿਛਲੇ ਅਫਸਰ ਜਿਹੜੇ ਨੇ ਉਹਨਾਂ ਦੀ ਵੀ ਮਿਲੀ ਭੁਗਤ ਕਿਤੇ ਨਾ ਕਿਤੇ ਸਾਬਤ ਹੁੰਦੀ ਹੈ। ਇੰਨਾ ਵੱਡਾ ਫਰਾਡ ਜਿਹੜਾ 400-500 ਏਕੜ 'ਚ ਕਿ ਤੁਸੀਂ ਇੱਕ ਲੈਂਡ ਨੂੰ ਚੇਂਜ ਹੀ ਨਹੀਂ ਕਰ ਸਕਦੇ ਜਿਹੜੀ ਖਾਸ ਕਰਕੇ ਜਿਹੜੀ ਫੋਰੈਸਟ ਡਿਪਾਰਟਮੈਂਟ ਦੀ ਆ ਉਹਦੇ ਵਿੱਚ ਤੁਸੀਂ ਕੋਈ ਫਸਲ ਉਗਾ ਨਹੀਂ ਸਵਾਇ ਸਕਦੇ। ਇਹ ਤਾਂ ਬੜਾ ਵੱਡਾ ਇੱਕ ਬਣਦਾ ਇਹਨਾਂ 'ਤੇ ਜੁਰਮ ਆ ਇਹਨਾਂ ਲੋਕਾਂ 'ਤੇ ਜਿਨ੍ਹਾਂ ਨੇ ਇਹਨੂੰ ਜੰਗਲਾਤ ਨੂੰ ਖਤਮ ਕਰਕੇ ਤਾਂ ਉੱਥੇ ਕਈ ਪਿਛਲੇ 30-35 ਸਾਲਾਂ ਤੋਂ ਜਿਹੜਾ ਦੂਜੀ ਫਸਲ ਜਿਹੜੀ ਉਗਾਉਂਦੇ ਨੇ। ਫੋਰੈਸਟ ਡਿਪਾਰਟਮੈਂਟ ਦੇ ਉੱਤੇ ਨਹੀਂ ਤੁਸੀਂ ਕੁਛ ਕਰ ਸਕਦੇ ਉੱਥੇ ਤਾਂ ਜੰਗਲ ਹੀ ਲੱਗਣਾ ਜਿਹੜਾ ਹੁਣ ਡੇਰਾ ਬਾਬਾ ਨਾਨਕ 'ਚ ਲੱਗਣਾ ਵੀ ਹੈ ਤਾਂ ਕਬਜ਼ੇ ਵੀ ਛੁੱਟਣੇ ਆ। ਤਾਂ ਮੈਂ ਤਾਂ ਮੇਰੀ ਸਰਕਾਰ ਆ ਮੈਂ ਤਾਂ ਕੀ ਮੰਗ ਕਰਨੀ ਆ ਤਾਂ ਮੈਂ ਤਾਂ ਆਪ ਹੀ ਸਰਕਾਰ 'ਚ ਬੈਠਾ। ਤੁਸੀਂ ਕਿਸਾਨਾਂ ਨੂੰ ਕੀ ਅਪੀਲ ਕਰਦੇ ਜੀ? ਮੈਂ ਤਾਂ ਕਿਸਾਨਾਂ ਨੂੰ ਇਹ ਅਪੀਲ ਕਰਦਾ ਕਿ ਜਿੰਨਾ ਚਿਰ ਹੋ ਗਈ ਹੈ ਖਾ ਲਿਆ ਤਾਂ ਠੀਕ ਹੈ, ਜਿਹੜੇ ਨਜਾਇਜ਼ ਕਬਜ਼ੇ ਉਹ ਛੱਡ ਦਿਓ ਤਾਂ ਚੰਗੀ ਗੱਲ ਹੈ। ਤਾਂ ਮੈਨੂੰ ਇਹ ਆਸ ਵੀ ਆ ਕਿ ਬਹੁਤੇ ਪਿੰਡਾਂ 'ਚ ਇਹ ਰੋਜ਼ ਹੀ ਆਉਂਦਾ ਕਿ ਕਈ ਕਿਸਾਨ ਆਪ ਹੀ ਕਹਿ ਰਹੇ ਨੇ ਕਿ ਆਪਾਂ ਨਹੀਂ ਹੁਣ ਕਬਜ਼ਾ ਕਰਨਾ, ਆਪਾਂ ਛੱਡ ਰਹੇ ਹਾਂ। ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਜਿੱਥੇ ਕੁਝ ਲੋਕਾਂ ਦੇ ਵੱਲੋਂ ਸਵਾਗਤ ਵੀ ਕੀਤਾ ਜਾ ਰਿਹਾ ਹੈ, ਉੱਥੇ ਹੀ ਕੁਝ ਕਿਸਾਨ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ। ਕੁਝ ਕਿਸਾਨਾਂ ਨੇ ਪੰਜਾਬ ਸਰਕਾਰ 'ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੋਣਾਂ ਦੇ ਦੌਰਾਨ ਵੋਟਾਂ ਨਹੀਂ ਪਾਈਆਂ ਸਿਰਫ ਉਹਨਾਂ ਤੋਂ ਹੀ ਇਹ ਕਬਜ਼ੇ ਛੁਡਵਾਏ ਜਾ ਰਹੇ ਨੇ, ਜਦੋਂ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਕੀਤੇ ਗਏ ਕਬਜ਼ੇ ਪੰਜਾਬ ਸਰਕਾਰ ਦੇ ਵੱਲੋਂ ਨਹੀਂ ਛੁਡਵਾਏ ਜਾ ਰਹੇ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਾਫੀ ਕਿਸਾਨਾਂ ਦੇ ਵੱਲੋਂ ਜ਼ਮੀਨਾਂ ਨੂੰ ਆਪਣੀ ਮਿਹਨਤ ਦੇ ਨਾਲ ਵਾਹੀਯੋਗ ਬਣਾਇਆ ਗਿਆ ਜਿਨ੍ਹਾਂ ਦੇ ਕਬਜ਼ੇ ਸਰਕਾਰ ਨੂੰ ਨਹੀਂ ਛਡਵਾਉਣੇ ਚਾਹੀਦੇ। ਜਿਨ੍ਹਾਂ ਕੀਤੇ ਆ ਉਹ ਮਾੜੀ ਗੱਲ ਹੈ ਅਤੇ ਉਹ ਛੁੱਟਣੇ ਚਾਹੀਦੇ ਆ। ਇਹਦੇ ਵਿੱਚ ਪੱਖਪਾਤ ਨਹੀਂ ਗੌਰਮੈਂਟ ਵੱਲੋਂ ਹੋਣਾ ਚਾਹੀਦਾ, ਇਹਦੇ ਵਿੱਚ ਅਸੀਂ ਪੱਖਪਾਤ ਵੇਖ ਰਹੇ ਹਾਂ। ਜਿਹੜੇ ਲੋਕ ਉਹਨਾਂ ਦੇ ਵਿਰੁੱਧ ਚੱਲੇ ਆ ਉਹਨਾਂ ਨੂੰ ਵੋਟਾਂ ਨਹੀਂ ਆਮ ਆਦਮੀ ਨੇ ਪਾਰਟੀ ਨੂੰ ਪਾਈਆਂ, ਜ਼ਿਆਦਾਤਰ ਉਹਨਾਂ ਦੇ ਕਬਜ਼ੇ ਜਿਹੜੇ ਛਡਾਏ ਜਾ ਰਹੇ ਅਤੇ ਜਿਹੜੇ ਆਪਣੇ ਨਾਲ ਸੰਬੰਧਿਤ ਵਰਕਰ ਆ ਉਹਨਾਂ ਦੇ ਵੱਲ ਵੇਖਿਆ ਨਹੀਂ ਜਾ ਰਿਹਾ, ਕਬਜ਼ੇ ਉਹਨਾਂ ਵੀ ਕੀਤੇ ਹੋਏ। ਹੁਣ ਵੇਖਿਆ ਜਾਵੇ ਨਾ ਜੰਗਲਾਤ ਵਿਭਾਗ ਵੱਲੋਂ
कम से कम 450 एकड़ जी जमीन हैगी नजायज कब्जे छुड़ाने की मुहिम कल तो शुरू की जा रही है, उन्होंने तुम किस तरह वेखते हो? मैं कहना बहुत वधिया गल है, चंगी गल है, वधिया गल है। उत्थे जंगलात ही लग जाए तो जिहड़ा वातावरण साडा खराब हो रहा वा तो वह वातावरण साफ हो सकता जे फिर दोबारा उत्थे जंगलात जिहड़ी लग जाए तो पर कब्जे नहीं होने चाहिए। जिदा पैनिया पई ही जो उन्होंने वाहिया तो वो माड़ी गल नहीं हैगी, जिदा शामलाटा जमीन पईया उदा ही पईया चरांदा पईया डंगर चुगते ही लागे लोगों के नुकसान होंगे। जो उन्हें पैनिया बात करके वालिया तो वो कोई माड़ी गल नहीं, उन्हें खेती करके जोड़ा खजाना वा खेती का अपने भारत सरकार का वो भरया वा सरकार जागी है। तो पहले जो जमीन पईया कोई वाहुंदा नहीं वो मतलब वेस्ट पईया से जो वाह के उन्होंने वेखो चंकी गल की माड़ी नहीं की, जिहड़ा बेला वो जिहड़ा मतलब उपजाऊ जिहड़ी जमीन सी वाह के खेती प्राप्त की उन्होंने कोई माड़ी गल नहीं की। नहीं वेखिया जाए ना पिछले साल जो 70 साल राज किया दूजिया मतलब पार्टियां ने हुण आम आदमी पार्टी की सरकार सत्ता में आई है इन्हां वल्लों भगवंत मान वल्लों जिहड़ा वेखो जी मेरी गल थोड़ी जिन्ना चिर वेखो एक जिहड़े ऐलान हुंदे आ ना ऐलानां नाल लोगों का ढिड नहीं भरदा विकास नहीं हुंदा। हाँ ऐलानां दी जगह जगह नाल काम जिहड़ा जमीनी पद्धर ते होए ते ओह फिर चंगी गल है। इस तो इलावा कुछ किसान सरकार दे फैसले दे हक दे विच भी नज़र आ रहे ने। उन्हां कहा कि पंजाब सरकार दा यह कदम बहुत ही शलाघा योग कदम है, इस दे नाल पंजाब सरकार दा खजाना भरेगा ते जिस दे नाल आम लोगों नूं सहूलतां भी मिलणगियां। जो कुछ कर रहे ठीक कर रहे भगवंत मान, जो कर रहे पहलियां सरकारां ने नहीं यह कम किया ते जो हुण सरकार बनी है एक जे नजायज जिहड़े छड़ाउणे चाहीदे आ ते दुनिया नूं राहत मिलनी चाहीदी है। ये फायदे गौरमेंट का खजाने पैसा होगा, गौरमेंट मदद मिलेगी, ये बचत जी फायदा होगी। देखो जी की पता के नहीं छड़ाइया, जो हम भगवंत मान जो छड़ा रहा तो चंगा काम कर रहा दुनिया के माड़ा काम नहीं गा। पहलिया सरकार का की पता क्यों नहीं छड़ाइया, इन्ना चिर दब छड़िया लोगों जमीन तो हम चलो चंगी सरकार बनी है चंकी काम बनना चाहिए। दस दईए कि मुख्यमंत्री पंजाब भगवंत सिंह मान दे वल्लों पिछले दिनी अपने सोशल मीडिया अकाउंट के जरिए लोगों नूं नजायज कब्जे 31 मई तक छड्डण की अपील भी की गई सी, जिस तों बाद कि उन्हां नूं भारी जुर्माना लगाउण की चेतावनी भी मुख्यमंत्री दे वल्लों दित्ती गई सी। हुण देखना होवेगा कि मुख्यमंत्री पंजाब की इस अपील का असर आम किसानां ते किस हद तक हुंदा है अते उह अपणियां जमीनां छड्डण दे लई राजी हुंदे ने। गुरदासपुर तो रोहित गुप्ता की रिपोर्ट, पंजाबी लोक चैनल। आम आदमी पार्टी की सरकार बन तो जो पहला साडा झंडा है कि नजायज कब्जे जिहड़े आ छडाउणे है, अजे हड़ताल ना हुंदी पटवारियों की जिहड़े पिछले 2-3 दिन तो हुई है तो मेरे ख्याल इहदे च कब्जे जिहड़े हुण तक छुट जाने सीगे।